Welcome back on my channel Ravi Kumman. ਅੱਜ ਦੀ ਵੀਡੀਓ ਦੇ ਵਿੱਚ ਨੈਕਸਟ ਪਾਰਟ ਡਿਸਕਸ ਕਰਾਂਗੇ ਵਰਡਸ ਦਾ, ਵੋਕੈਬਲਰੀ ਦਾ, ਲੈਕਸੀਕਲ ਰਿਸੋਰਸਿਸ ਦਾ, ਜਿਹੜਾ ਕਿ ਤੁਹਾਡੀ ਰੀਡਿੰਗ ਨੂੰ ਅਟੈਂਪਟ ਕਰਨ ਦੇ ਵਿੱਚ ਐਕੂਰੇਟਲੀ ਹੈਲਪਫੁਲ ਹੁੰਦਾ ਹੈ। ਈਵਨ ਤੁਸੀਂ ਦੀਜ਼ ਵਰਡਸ ਨੂੰ ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਅਗਰ ਤੁਸੀਂ ਆਪਣਾ ਬੈਂਡ ਸਕੋਰ 7+ ਦਾ ਅਚੀਵ ਕਰਨਾ ਚਾਹੁੰਦੇ ਹੋ। ਸੋ ਥੈਂਕ ਯੂ ਸੋ ਮੱਚ ਟੂ ਆਲ ਮਾਈ ਸਬਸਕ੍ਰਾਈਬਰ ਹੂ ਹੈ ਸਬਸਕ੍ਰਾਈਬ ਮਾਈ ਚੈਨਲ, ਕਿਉਂਕਿ ਤੁਹਾਡੀ ਸਬਸਕ੍ਰਿਪਸ਼ਨ ਤੋਂ ਬਾਅਦ ਹੀ ਮੈਂ ਮੋਟੀਵੇਟ ਹੁੰਦੀ ਹਾਂ ਵੀ ਕੋਈ ਵੀਡੀਓਜ਼ ਨੂੰ ਦੇਖ ਰਿਹਾ ਅਤੇ ਮੇਰੀਆਂ ਵੀਡੀਓਜ਼ ਕਿਸੇ ਲਈ ਹੈਲਪਫੁਲ ਹੋ ਰਹੀਆਂ ਨੇ। ਸੋ ਮੈਂ ਅੱਜ ਤੁਹਾਡਾ ਸਾਰਿਆਂ ਦਾ, ਸਬਸਕ੍ਰਾਈਬਰਸ ਦਾ, ਜਿਨ੍ਹਾਂ ਨੇ ਵੀ ਮੇਰੇ ਚੈਨਲ ਨਾਲ ਜੁੜੇ ਹੋਏ ਨੇਗੇ, ਐਸੋਸੀਏਟਡ ਨੇ, ਸੋ ਥੈਂਕ ਯੂ ਸੋ ਮੱਚ ਫੋਰ ਦੋਜ਼ ਸਬਸਕ੍ਰਾਈਬਰ। ਪਲੀਜ਼ ਸ਼ੇਅਰ ਕਰੋ ਵੀਡੀਓਜ਼ ਨੂੰ ਤਾਂ ਜੋ ਹੋਰ ਵੀ ਬੈਨੀਫਿਟਸ ਲੈ ਸਕਣ, ਕਿਉਂਕਿ ਅੱਜ ਕੱਲ੍ਹ ਬੱਚਿਆਂ ਦਾ ਇਗਜ਼ਾਮ ਆ ਰਿਹਾ, ਕਾਫੀ ਇਸਨੇ ਫਿੱਲ ਕੀਤਾ ਹੋਇਆ। ਪਲੀਜ਼ ਜਿੰਨਾ ਜ਼ਿਆਦਾ ਤੁਸੀਂ ਸ਼ੇਅਰ ਕਰੋਗੇ, ਠੀਕ ਆ, ਉਨਾ ਹੀ ਜ਼ਿਆਦਾ ਕਿਸੇ ਨਾ ਕਿਸੇ ਦੀ ਹੈਲਪ ਹੋਏਗਾ, ਦੈਨ ਉਹ ਅੱਗੇ ਕਿਸੇ ਦੀ ਹੈਲਪ ਕਰਨਗੇ। ਆਲ ਓਵਰ ਇੰਗਲਿਸ਼ ਹੈ ਜਿਹੜੀ, ਕਿਤੇ ਨਾ ਕਿਤੇ ਲਿੰਕ ਹੋ ਜਾਂਦੀ ਹੈ, ਈਜ਼ੀ ਹੋ ਜਾਂਦੀ ਹੈ, ਕਿਉਂਕਿ ਆਪਣੇ ਸਪੈਸ਼ਲੀ ਪੰਜਾਬੀ ਪੀਪਲਸ ਨੂੰ ਇਹਨਾਂ ਨੂੰ ਜ਼ਿਆਦਾ ਹੀ ਸਫ਼ਰ ਕਰਨਾ ਪੈਂਦਾ ਹੈ, ਸਪੈਸ਼ਲੀ ਇਨ ਆਇਸ, ਠੀਕ ਹੈ। ਕਿਸੇ ਨਾ ਕਿਸੇ, ਜੇ ਆਪਾਂ ਖੁਦ ਹੀ ਇੱਕ ਦੂਜੇ ਦੀ ਹੈਲਪ ਕਰੀ ਜਾਈਏ ਨਾ, ਦੈਨ ਸੈਂਟਰਸ ਦੀ ਜ਼ਰੂਰਤ ਹੀ ਨਾ ਪਵੇ। ਈਵਨ ਜਿਹੜੇ ਪੂਅਰ ਪੀਪਲ ਨੇ, ਡਿਪਰਾਈਵਡ ਪੀਪਲ ਨੇ, ਉਹਨਾਂ ਨੂੰ ਸਫ਼ਰ ਹੀ ਨਾ ਕਰਨਾ ਪਵੇ ਫੋਰ ਕੋਚਿੰਗ, ਕਿਉਂਕਿ ਫੀਸਿਸ ਇੰਨੀਆਂ ਜ਼ਿਆਦਾ ਨੇ ਸੈਂਟਰਸ ਦੀਆਂ ਵੀ ਜਸਟ ਉਹ ਲੈਂਗੁਏਜ ਸਿੱਖਣ ਦੇ ਲਈ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ। ਸੋ ਆਪਾਂ ਇੱਕ ਦੂਜੇ ਨਾਲ ਹੀ ਅਗਰ ਸ਼ੇਅਰ ਕਰੀ ਜਾਈਏ ਵੀਡੀਓਜ਼, ਵਕੈਬ, ਆਪਣੀ ਨੌਲੇਜ, ਜਿੰਨਾ ਜ਼ਿਆਦਾ ਤੁਸੀਂ ਸ਼ੇਅਰ ਕਰੋਗੇ ਉਨਾ ਹੀ ਜ਼ਿਆਦਾ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ, ਉਨਾ ਜ਼ਿਆਦਾ ਈਵਨ ਆਪਾਂ ਖੁਦ ਵੀ ਜ਼ਿਆਦਾ ਪਰਫਾਉਂਡਲੀ ਉਸ ਚੀਜ਼ ਨੂੰ ਗ੍ਰੈਬ ਕਰ ਸਕਾਂਗੇ। ਸੋ ਲੈਟਸ ਬਿਗਿਨ। ਫਸਟ ਵਰਡ ਇਜ਼ ਐਕਸਟਿੰਕਸ਼ਨ। ਐਕਸਟਿੰਕਸ਼ਨ ਹੁੰਦਾ ਡਿਸਅਪੀਅਰੈਂਸ, ਕਿਸੇ ਚੀਜ਼ ਦਾ ਡਿਸਅਪੀਅਰ ਹੋ ਜਾਣਾ, ਵੈਨਿਸ਼ ਹੋ ਜਾਣਾ, ਠੀਕ ਹੈ। ਐਕਸਟਿੰਕਸ਼ਨ ਵਰਡ ਹੁਣ ਤੁਸੀਂ ਕਿੱਥੇ ਯੂਜ਼ ਕਰ ਸਕਦੇ ਹੋ? ਐਕਸਟਿੰਕਸ਼ਨ ਵਰਡ ਤੁਸੀਂ ਰਾਈਟਿੰਗ ਦੇ ਵਿੱਚ ਕੋਈ ਸਪੀਸੀਜ਼ ਆ ਜਾਂਦੀ ਹੈ, ਕੋਈ ਇਨਵਾਇਰਮੈਂਟ 'ਤੇ ਆ ਜਾਂਦਾ, ਕੋਈ ਵੀ ਟੋਪਿਕ, ਦੈਨ ਯੂ ਹੈਵ ਯੂਜ਼, ਯੂ ਕੈਨ ਯੂਜ਼ ਦਿਸ ਵਰਡ। ਈਵਨ ਰਾਈਟ ਰੀਡਿੰਗ ਦੇ ਵਿੱਚ ਕਿੱਦਾਂ ਹੁੰਦਾ, ਸਮਟਾਈਮ ਟੈਕਸਟ ਦੇ ਵਿੱਚ ਐਕਸਟਿੰਕਸ਼ਨ ਵਰਡ ਪਿਆ ਹੁੰਦਾ, ਐਸੇ ਕੁਐਸਚਨ ਦੇ ਵਿੱਚ ਉਹ ਡਿਸਅਪੀਅਰੈਂਸ ਵਰਡ ਯੂਜ਼ ਕਰ ਲੈਂਦੇ। ਅਗਰ ਤੁਹਾਨੂੰ ਇਹਦਾ ਸਿਨੋਨੀਅਮ ਪਤਾ ਹੋਏਗਾ, ਮੀਨਿੰਗ ਕਲੀਅਰ ਹੋ ਗਿਆ, ਦੈਨ ਯੂ ਕੈਨ ਈਜ਼ਲੀ ਲੋਕੇਟ ਐਂਡ ਸਕੈਨ ਦਾ ਆਨਸਰ। ਨੈਕਸਟ ਵਰਡ ਇਜ਼ ਡਿਸਟਰਕਸ਼ਨ। ਡਿਸਟਰਕਸ਼ਨ ਮੀਨਸ ਡੈਮੇਜ, ਮਤਲਬ ਕਿਸੇ ਚੀਜ਼ ਦਾ ਡਿਸਟਰਕਟ ਹੋ ਜਾਣਾ, ਖਰਾਬ ਹੋ ਜਾਣਾ, ਡੈਮੇਜ ਹੋ ਜਾਣਾ। ਕੈਪਚਰ ਕੌਨਫਾਈਨ, ਕੋਈ ਚੀਜ਼ ਕੈਪਚਰ ਕਰ ਲੈਣੀ, ਪਕੜ ਕੇ ਰੱਖਣੀ, ਕੌਨਫਾਈਨ ਕਰਨੀ ਕੁਛ, ਠੀਕ ਹੈ। ਜਿਵੇਂ ਤਾਂ ਆਪਾਂ ਕਹਿੰਦੇ ਹਾਂ ਵੀ ਉੱਥੇ ਵੀਡੀਓ, ਮੂਵੀ, ਪਿਕਚਰ ਕੈਪਚਰ ਕਰ ਲਈ, ਕੁਛ ਮੂਮੈਂਟਸ ਨੂੰ ਰਿਕਾਰਡ ਕਰ ਲੈਣਾ। ਨੈਕਸਟ ਵਰਡ ਇਜ਼ ਪਲਮੇਜ, ਅ ਬਰਡਸ ਫੈਦਰਸ ਕੋਲੈਕਟਿਵਲੀ, ਮਤਲਬ ਇੱਕ ਪੰਛੀ ਦੇ ਜਿਹੜੇ ਫੈਦਰਸ ਹੁੰਦੇ ਉਹਨਾਂ ਨੂੰ ਕੰਬਾਈਂਡ ਅਗਰ ਆਪਾਂ ਕਹਿੰਦੇ ਪਲਮੇਜ। ਰੰਪ ਰਿਮੇਨਸ, ਦੇਖੋ ਕੱਲ੍ਹ ਦੀ ਵੀਡੀਓ ਇੱਕ ਮੈਂ ਬਣਾਈ ਸੀ ਜੋ ਅਪਲੋਡ ਕੀਤੀ ਸੀ, ਦੈਨ ਆਈ ਥਿੰਕ ਪਾਰਟ 6, ਉਹਦੇ ਵਿੱਚ ਰਿਮੇਨਸ ਵਰਡ ਆਇਆ ਸੀ, ਦੈਨ ਅੱਜ ਫੇਰ ਆ ਰਿਹਾ। ਉੱਥੇ ਇੱਕ ਵਰਡ ਦੱਸਿਆ ਸੀ ਮੈਂ ਡੈਬਰੀਸ, ਦੇਖੋ ਕਿੰਨੇ ਜ਼ਿਆਦਾ ਇੱਕ ਸਿੰਗਲ ਵਰਡ ਦੇ ਸਿਨੋਨੀਅਮਸ ਹੁੰਦੇ ਹੈਗੇ, ਰੰਪ ਰਿਮੇਨਸ ਡੈਬਰੀਜ, ਆਈ ਥਿੰਕ ਇੱਕ ਵਰਡ ਹੋਰ ਵੀ ਕੀਤਾ ਸੀ ਸ਼ਾਇਦ ਰੈਕੇਜ। ਨੈਕਸਟ ਵਰਡ ਇਜ਼ ਕਵਰਟ, ਕਵਰਟ ਮੀਨਸ ਸੀਕਰੇਟ, ਸੀਕਰੇਟ ਯੂ ਨੋ ਵੈਰੀ ਵੈਲ। ਬੇਅਰ ਨੇਕਡ, ਨੇਕਡ ਕੀ ਹੁੰਦਾ ਹੁਣ, ਬੇਅਰ ਕੀ ਹੁੰਦਾ, ਨੇਕਡ ਵਿਦਆਊਟ ਕਲੋਥਸ। ਦੈਨ ਮੈਨੀ ਮੈਂਡੀਵਲ, ਮੈਂਡੀਵਲ ਮੀਨਸ ਅ ਜਾ ਬੋਨ, ਜਾ ਬੋਨ ਮਤਲਬ ਇੱਕ ਆਪਣੇ ਜਿਹੜੇ ਮਾਊਥ ਦੇ ਵਿੱਚ ਜੋ ਬੋਨ ਹੁੰਦੀਆਂ ਨੇਗੀਆਂ ਫੇਸ ਦੀਆਂ, ਦੈਸ ਉਹਨਾਂ ਨੂੰ ਕਿਹਾ ਜਾਂਦਾ। ਦੈਨ ਨੈਕਸਟ ਵਰਡ ਇਜ਼ ਜੁਵੇਨਾਈਲ, ਵੈਰੀ ਇੰਪੋਰਟੈਂਟ ਵਰਡ, ਮੀਨਸ ਯੰਗ। ਦੇਖੋ ਯੂਥ ਦੇ ਉੱਤੇ ਕਿੰਨੇ ਜ਼ਿਆਦਾ ਟਾਸਕ ਟੂ ਦੇ ਵਿੱਚ ਐਸੇ ਹੁੰਦੇ ਨੇ, ਈਵਨ ਇੱਕ ਕੋਈ ਵੀ ਐਸੇ ਉਹਦੇ ਵਿੱਚ ਯੂਥ ਦੀ ਗੱਲ, ਆਪਾਂ ਯੰਗਸਟਰਸ ਦੀ ਗੱਲ ਜ਼ਰੂਰ ਕਰ ਹੀ ਲੈਂਦੇ ਹਾਂ। ਦੈਨ ਉੱਥੇ ਤੁਸੀਂ ਵਰਡ ਯੂਜ਼ ਕਰ ਸਕਦੇ ਜੁਵੇਨਾਈਲ, ਜੁਵੇਨਾਈਲ, ਅਡੋਲੋਸੈਂਸ, ਯੰਗਸਟਰ, ਯੂਥ, ਸੋ ਯੂ ਕੈਨ ਯੂਜ਼ ਦੀਜ਼ ਵਰਡਸ। ਡਿਸਟਿੰਕਟ, ਡਿਫਰੈਂਟ, ਡਿਸਟਿੰਕਟ ਨੂੰ ਹੋਰ ਕੀ ਕਹਿ ਦਿੰਦੇ, ਡਿਸਟਿੰਗੁਇਸ਼, ਡਿਫਰੈਂਟ, ਵੇਰੀਅਸ, ਡਿਸੈਪਰੇਟ, ਯੂਜ਼ ਦੀਜ਼ ਵਰਡਸ। ਕੈਨੋਪੀ, ਕੈਨੋਪੀ ਹੁੰਦਾ ਕਿਸੇ ਚੀਜ਼ ਦੀ ਸ਼ੈਲਟਰ, ਆਸਰਾ ਲੈਣਾ ਨਾ। ਫੋਰ ਇਗਜ਼ਾਮਪਲ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਸਾਰੇ ਇੱਕੋ ਹੀ, ਜਦੋਂ ਗਲੋਬਲਾਈਜੇਸ਼ਨ ਦਾ ਐਸੇ ਹੁੰਦਾ ਉੱਥੇ ਤੁਸੀਂ ਕਹਿ ਸਕਦੇ ਹੋ ਡਿਊ ਟੂ ਦੀ ਗਲੋਬਲਾਈਜੇਸ਼ਨ ਵੀ ਪੀਪਲ ਆਰ ਕਮ ਅੰਡਰ ਦੀ ਵਨ ਕੈਨੋਪੀ ਔਰ ਅੰਡਰ ਦੀ ਸੇਮ ਕੈਨੋਪੀ, ਮਤਲਬ ਇੱਕੋ ਹੀ ਛੱਤ ਥੱਲੇ ਆ ਚੁੱਕੇ ਹਾਂ, ਲਾਈਕ ਯੂਜ਼ ਦਿਸ ਵਰਡ। ਫਰੈਗਮੈਂਟ, ਪਾਰਟ, ਹਿੱਸਾ, ਪੀਸ,
ਕਨਫਾਈਨਡ ਹੁਣੀ ਕੀਤਾ ਸੀਗਾ, ਦੈਨ ਉਹ ਕਨਫਾਈਨ ਸੀ, ਇਹ ਕਨਫਾਈਨਡ ਹੈ, ਰੈਸਟ੍ਰਿਕਟ ਕਰ ਦੇਣਾ, ਪ੍ਰੋਟ੍ਰੈਕਟਡ ਵੈਰੀ ਲੋਂਗ, ਫਲੇਮਬੋਇੰਟ ਕਲਰਫੁੱਲ, ਸਟ੍ਰਿੰਡੈਂਟ ਵੈਰੀ ਲਾਊਡ, ਐਬਸਕੌਂਡ ਲੀਵ, ਐਬਸਕੌਂਡ ਹੁੰਦਾ ਜਿਵੇਂ ਕਿਸੇ ਚੀਜ਼ ਨੂੰ ਛੱਡ ਕੇ ਚਲਾ ਜਾਣਾ, ਆਪਾਂ ਕਹਿ ਨਹੀਂ ਦਿੰਦੇ ਐਬਸਕੌਂਡਰ, ਜਿਹੜੇ ਭਗੌੜੇ ਹੁੰਦੇ ਆ ਭੱਜ ਜਾਂਦੇ ਆ, ਮਤਲਬ ਐਬਸਕੌਂਡਰ ਲੀਵ, ਓਕੇ। ਐਂਬਲੀਮੈਟਿਕ ਟਿਪੀਕਲ, ਕਨਫਿਊਜ਼ਿੰਗ ਦੀ ਸਿਚੁਏਸ਼ਨ, ਹੁਣ ਟਿਪੀਕਲ ਟੋਪਿਕ ਹੈ, ਟਿਪੀਕਲ ਸਿਚੁਏਸ਼ਨ ਕ੍ਰੀਏਟ ਹੋ ਗਈ, ਲਾਈਕ ਐਂਬਲੀਮੈਟਿਕ ਸਿਚੁਏਸ਼ਨ। ਸੋ ਦੀਜ਼ ਆਰ ਦੀ ਇੰਪੋਰਟੈਂਟ ਵਰਡਸ ਹੈਲਪਫੁਲ ਇਨ ਯੂਅਰ ਰੀਡਿੰਗ ਐਂਡ ਰਾਈਟਿੰਗ ਐਜ਼ ਵੈਲ। ਤੁਸੀਂ ਇਹਨਾਂ ਨੂੰ ਇੱਦਾਂ ਪੜ੍ਹ ਕੇ ਨਾ ਛੱਡਿਆ ਕਰੋ ਪਲੀਜ਼, ਇਹ ਐਵੇਂ ਨਹੀਂ ਯਾਦ ਹੁੰਦੇ, ਇਹਨਾਂ ਨੂੰ ਤੁਸੀਂ ਡੇਲੀ ਜੋ ਮੈਂ ਅਪਲੋਡ ਕਰਦੀ ਹਾਂ ਦੈਨ ਉਹਦੇ ਵਿੱਚੋਂ ਕੁਛ ਕੁ ਵਰਡ ਹਰ ਰੋਜ਼ ਆਪਣੀ ਰਾਈਟਿੰਗ ਦੇ ਵਿੱਚ ਯੂਜ਼ ਕਰੋ, ਦੈਨ ਅਗਰ ਤੁਸੀਂ ਰਾਈਟਿੰਗ 'ਚ ਯੂਜ਼ ਕਰ ਲਏ ਦੈਨ ਤੁਹਾਡੇ ਡੈਫੀਨੇਟਲੀ ਯਾਦ ਹੋ ਜਾਣਗੇ। ਜਾਂ ਫਿਰ ਇਹਨਾਂ ਦੇ ਨਾਲ ਰਿਲੇਟਡ ਸੈਂਟੈਂਸ ਬਣਾ ਕੇ ਦੇਖਿਆ ਕਰੋ, ਇੱਕ ਦੂਜੇ ਨੂੰ ਇਹਨਾਂ ਨੂੰ ਯੂਜ਼ ਕਰਕੇ ਬੋਲ ਕੇ ਆਪਣੀ ਸਪੀਕਿੰਗ ਦੇ ਵਿੱਚ ਇਹਨਾਂ ਨੂੰ ਮਤਲਬ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ। ਅਗਰ ਯੂਜ਼ ਕਰੋਗੇ ਦੈਨ ਆਫਟਰ ਦੈਟ ਯੂ ਹੈਵ ਰਿਮੈਂਬਰ ਦੀਜ਼ ਵਰਡਸ ਫੋਰ ਅ ਲੌਂਗ ਟਾਈਮ। ਸੋ ਥੈਂਕ ਯੂ।